ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟੀਚਿੰਗ ਵਿਭਾਗ ਦੇ ਵਿੱਚ ਨਿਕਲੀਆਂ ਹੋਈਆਂ ਲੇਟੈਸਟ ਵੈਕੈਂਸੀਜ਼ ਦੇ ਬਾਰੇ ਵਿੱਚ। ਵੱਖ ਵੱਖ ਵੈਕੈਂਸੀਜ਼ ਨੇ, ਇਸ ਦੇ ਵਿੱਚ ਵੱਖ ਵੱਖ ਨੋਟੀਫਿਕੇਸ਼ਨ ਨੇ, ਮਤਲਬ ਦੋ ਨੋਟੀਫਿਕੇਸ਼ਨ ਹੈ ਜਿਨ੍ਹਾਂ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਨ ਵਾਲੇ ਹਾਂ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਪਾਓ ਜੀ। ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਮੈਂ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈ ਜੀ ਇਹ, ਜਿਸ ਦੇ ਵਿੱਚ PGT ਐਡਹੋਕ ਬੇਸਿਸ 'ਤੇ ਵੈਕੈਂਸੀਜ਼ ਨੇ, ਇੰਗਲਿਸ਼, ਫਾਈਨ ਆਰਟ ਅਤੇ ਪੇਂਟਿੰਗ ਸਬਜੈਕਟ ਜਿਹੜੇ ਨੇ ਵਿੱਚ ਰਹਿਣ ਵਾਲੇ ਨੇ, ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਰੈਲੀਵੈਂਟ ਡਿਸਿਪਲਨ ਦੇ ਵਿੱਚ, ਮਤਲਬ ਰੈਲੀਵੈਂਟ ਡਿਪ ਜਿਹੜਾ ਹੈਗਾ ਤੁਹਾਡਾ ਸਬਜੈਕਟ ਉਹਦੇ ਵਿੱਚ, ਮਿਨੀਮਮ 50% ਮਾਰਕਸ ਦੇ ਨਾਲ ਐਂਡ BEd ਕੀਤੀ ਹੋਈ ਹੈ 50% ਮਾਰਕਸ ਦੇ ਨਾਲ, ਉਹ ਵੀ ਇਹਦੇ ਲਈ ਅਪਲਾਈ ਜਿਹੜੇ ਉਹ ਕਰ ਸਕਦੇ ਨੇ। ਉਸ ਤੋਂ ਬਾਅਦ ਆਉਂਦਾ ਹੈ ਟ੍ਰੇਨ ਗ੍ਰੈਜੂਏਟ ਟੀਚਰ ਦੀ, ਸੰਸਕ੍ਰਿਤ ਅਤੇ ਹਿੰਦੀ ਦੀਆਂ ਵੈਕੈਂਸੀਜ਼ ਨੇ, ਜਿਹਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਸੰਸਕ੍ਰਿਤ ਐਂਡ ਹਿੰਦੀ ਕੰਸਰਨ ਡਿਪਾਰਟਮੈਂਟ ਸਬਜੈਕਟ ਨਾਲ ਕੀਤੀ ਹੋਈ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਇਸ ਦੇ ਵਿੱਚ BEd ਆਲਸੋ ਤੁਸੀਂ ਮਿਨੀਮਮ 50% ਮਾਰਕਸ ਨਾਲ ਕੀਤੀ ਹੈ ਤਾਂ ਤੁਸੀਂ ਅਪਲਾਈ ਜਿਹੜਾ ਇਹਦੇ ਲਈ ਕਰ ਸਕੋਗੇ ਜੀ। ਉਸ ਤੋਂ ਬਾਅਦ ਆਉਂਦੀ ਹੈ ਜੀ ਕੰਪਿਊਟਰ ਟੀਚਰ ਦੀ, ਜੋ ਕਿ ਕੰਪਿਊਟਰ ਐਂਡ AI ਦੀ ਹੈ। ਇਸ ਦੇ ਵਿੱਚ BCA ਤੁਸੀਂ ਕੀਤੀ ਹੈ ਜਾਂ ਫਿਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਕੰਪਿਊਟਰ ਸਾਇੰਸ BA BEd ਦੇ ਵਿੱਚ, ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਨੋਨ ਟੀਚਿੰਗ ਦੇ ਵਿੱਚ, ਸਾਇੰਸ ਲੈਬ ਅਟੈਂਡੈਂਟ ਦੀ ਵੈਕੈਂਸੀ ਹੈ, ਜਿਨ੍ਹਾਂ ਨੇ +2 ਸਾਇੰਸ ਦੇ ਵਿੱਚ ਕੀਤੀ ਹੈ ਐਂਡ ਕੰਪਿਊਟਰ +2 ਵਿਦ ਸਾਇੰਸ ਕੰਪਿਊਟਰ ਰਿਲੇਟਡ ਦੇ ਵਿੱਚ ਕੀਤੀ ਹੋਈ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਇਸ ਦੇ ਵਿੱਚ ਸ਼ਾਰਟਲਿਸਟਡ ਕੈਂਡੀਡੇਟ ਨੂੰ ਜਿਹੜਾ ਹੈ ਜੀ ਇਹਦੇ ਵਿੱਚ ਬੁਲਾਇਆ ਜਾਵੇਗਾ, ਠੀਕ ਹੈ ਜੀ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਇਹ ਨੋਟੀਫਿਕੇਸ਼ਨ ਤੁਸੀਂ APS ਪਟਿਆਲਾ ਦੀ ਵੈਬਸਾਈਟ ਤੋਂ ਜਾ ਕੇ ਲੈ ਸਕਦੇ ਹੋ ਜੀ। 18 June ਜਿਹੜੀ ਹੈ ਜੀ ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਅਪਲਾਈ ਕਰਨ ਦੇ ਲਈ, ਇਹ ਤੁਸੀਂ ਦੇਖ ਸਕਦੇ ਹੋ ਜੀ, ਠੀਕ ਹੈ ਜੀ। 18 June ਦੀ ਲਾਸਟ ਡੇਟ ਹੈ, ਤੁਸੀਂ ਇਹਦੇ ਲਈ ਅਪਲਾਈ 6 ਵਜੇ ਤੱਕ ਕਰ ਪਾਓਗੇ। ਸਾਰਾ ਕੁਛ ਡਿਟੇਲ ਜਿਹੜੀਆਂ ਨੇ ਇੱਥੇ ਮਿਲ ਜਾਣਗੀਆਂ। 100 rupees ਐਜ਼ ਅ DD ਤੁਹਾਨੂੰ ਜਿਹੜਾ ਜੀ ਉਹ ਪੇ ਕਰਨਾ ਹੋਵੇਗਾ। ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਣਗੇ ਡਾਊਨਲੋਡ ਕਰਨ ਦੀ। ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਸੈਕਿੰਡ ਨੋਟੀਫਿਕੇਸ਼ਨ ਹੈਗਾ ਜੀ ਅਕਾਊਂਟੈਂਟ ਦੇ ਲਈ, ਠੀਕ ਹੈ ਜੀ। ਅਕਾਊਂਟੈਂਟ ਦੀ ਪੋਸਟ ਦੇ ਲਈ ਜਿਸ 'ਚ ਕਮਰਸ ਕਿਸੇ ਨੇ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ, ਜਾਂ ਫਿਰ ਇਸ ਦੇ ਵਿੱਚ ਐਕਸ ਸਰਵਿਸਮੈਨ ਵੀ ਅਪਲਾਈ ਜਿਹੜਾ ਉਹ ਕਰ ਪਾਣਗੇ। LDC ਦੀ ਲੋਅਰ ਡਿਵੀਜ਼ਨ ਕਲਰਕ ਦੀ ਵੈਕੈਂਸੀ ਹੈ ਜੀ, ਜਿਸ ਦੇ ਵਿੱਚ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ, ਔਰ ਇਸ ਦੇ ਵਿੱਚ ਐਕਸ ਸਰਵਿਸਮੈਨ ਵੀ ਅਪਲਾਈ ਜਿਹੜਾ ਕਰ ਪਾਣਗੇ। ਲੈਬ ਅਟੈਂਡੈਂਟ ਦੀਆਂ ਵੈਕੈਂਸੀਜ਼ ਨੇ, +2 ਵਾਲੇ ਅਪਲਾਈ ਕਰ ਸਕਦੇ ਨੇ। UDC ਦੀਆਂ ਵੈਕੈਂਸੀਜ਼ ਨੇ, ਜਿਹਦੇ 'ਚ BCOM ਜਿਨ੍ਹਾਂ ਨੇ ਕੀਤੀ ਹੋਈ ਉਹ ਅਪਲਾਈ ਕਰ ਸਕਦੇ ਨੇ, ਜਾਂ ਫਿਰ ਐਕਸ ਸਰਵਿਸਮੈਨ ਅਪਲਾਈ ਕਰ ਪਾਣਗੇ। ਚੌਂਕੀਦਾਰ ਦੀ ਵੈਕੈਂਸੀ ਹੈ, ਜਿਸ ਦੇ ਵਿੱਚ 10th ਮੈਟ੍ਰਿਕ ਵਾਲੇ ਕੈਂਡੀਡੇਟ ਅਪਲਾਈ ਕਰ ਪਾਣਗੇ, ਜਾਂ ਫਿਰ ਜਿਨ੍ਹਾਂ ਦੀ ਐਕਸ ਸਰਵਿਸਮੈਨ 10 years ਦੀ ਸਰਵਿਸ ਹੈਗੀ ਹੈ ਉਹ ਵੀ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਪਾਣਗੇ ਜੀ। ਇਸ ਦੇ ਵਿੱਚ ਫਰੈਸ਼ ਕੈਂਡੀਡੇਟ ਦੇ ਲਈ 45 ਸਾਲ ਤੱਕ ਦੀ ਏਜ ਹੈਗੀ ਹੈ, ਅਤੇ ਇਸ ਦੇ ਨਾਲ 55 ਸਾਲ ਤੱਕ ਦੀ ਐਕਸ ਸਰਵਿਸਮੈਨ ਦੇ ਲਈ ਏਜ ਹੈਗੀ ਹੈ। 250 rupees ਤੁਹਾਨੂੰ ਜਿਹੜੀ ਐਪਲੀਕੇਸ਼ਨ ਫੀ ਹੈ ਇੱਥੇ ਪੇ ਕਰਨੀ ਹੋਵੇਗੀ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੋਨੋਂ ਹੀ ਮਿਲ ਜਾਣਗੇ, ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਸਾਰੇ ਦੇ ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦਿੱਤੇ ਨੇ, ਜ਼ਰੂਰ ਚੈੱਕ ਕਰਕੇ ਅਪਲਾਈ ਕਰ ਲੈਣਾ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਇਹ ਸੀਗਾ ਜੀ ਅੱਜ ਦੇ ਨੋਟੀਫਿਕੇਸ਼ਨ ਜਿਹੜੇ 2 ਨੇ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।